ਤੇ ਜਿਹੜੇ ਕਹਿੰਦੇ ਤਰਕ ਨਾ ਕਰੋ ਸਿੱਧਾ ਸਿੱਧਾ ਇਹ ਕਹਿ ਰਹੇ ਆ ਵੀ ਜੋ ਮੈਂ ਕਹਿ ਰਿਹਾ ਚੁੱਪ ਕਰਕੇ ਹਜਮ ਕਰ ਲਿਓ ਸਵਾਲ ਨਾ ਕਰਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਧਾ ਸਿੱਧਾ ਉਹ ਬੰਦਾ ਇਹ ਕਹਿ ਰਿਹਾ ਵੀ ਹਜਮ ਕਰ ਜੋ ਮੈਂ ਕਹਿੰਦਾ ਪੁਰਾਣੇ ਸਮਿਆਂ 'ਚ ਇਦਾਂ ਹੀ ਕਰਦੇ ਸੀ ਜੋ ਬ੍ਰਾਹਮਣ ਕਹਿੰਦਾ ਸੀ ਕਹਿੰਦਾ ਕਰੋ ਹਜਮ ਵੀ ਸੂਰਜ ਮੂੰਹ 'ਚ ਪਾ ਲਿਆ ਸੀ ਕਰੋ ਹਜਮ ਸੂਰਜ ਖਰਾਦ ਤੇ ਚੜਾ ਲਿਆ ਸੀ ਕਰੋ ਹਜਮ ਸੂਰਜ ਖਰਾਦ ਤੇ ਚੜਾ ਲਿਆ ਸੀ ਇਹਨਾਂ ਗੱਲਾਂ ਨੂੰ ਹਜਮ ਕਰੋ ਕਰੋ ਹਜਮ ਵੀ ਚੰਦਰਮਾ ਮੁਰਗਾ ਬਣ ਕੇ ਆ ਗਿਆ ਸੀ ਕਰੋ ਹਜਮ ਵੀ ਸੂਰਜ ਅੱਧੀ ਰਾਤ ਨੂੰ ਚੜ ਗਿਆ ਸੀ ਕਰੋ ਹਜਮ ਪਰ ਸਾਡੇ ਗੁਰੂ ਜੀ ਨੇ ਹਜਮ ਨਹੀਂ ਕੀਤੀ ਹੈ ਗੁਰੂ ਜੀ ਕਹਿੰਦੇ ਇਦਾਂ ਕਿਵੇਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਦਾਂ ਕਿਵੇਂ ਬਈ ਫਿਰ ਇੱਕ ਸਵਾਲ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਵੀ ਸੱਚ ਤੇ ਤਰਕ ਕੋਈ ਨਹੀਂ ਮਾਫ ਕਰਨਾ ਸੱਚ ਉੱਤੇ ਤੇ ਤਰਕ ਹੁੰਦੀ ਹੋਈ ਕੋਈ ਨਹੀਂ ਸੱਚ ਤੇ ਕੀ ਤਰਕ ਕਰੋਗੇ ਹੁਣ ਜੇ ਤੁਸੀਂ ਮੈਨੂੰ ਪੁੱਛੋ ਵੀ ਫਲਾਈਟ ਲਈ ਸੀ ਹਾਂਜੀ ਅਸੀਂ ਇੱਥੋਂ ਬੱਸ ਤੇ ਗਏ 12 ਵਜੇ ਚੱਲੇ ਸੁਣੋ ਦਿੱਲੀ ਜਾਣਾ ਸੀ 12 ਵਜੇ ਚੱਲੇ 5 ਵਜੇ ਦਿੱਲੀ ਪਹੁੰਚ ਗਏ 7 ਵਜੇ ਫਲਾਈਟ ਲੈ ਲਈ ਚਲੇ ਗਏ ਇਹ ਤੇ ਚਲੋ ਵੇਖੋ ਗੱਲ ਹੈ ਨਾ ਸੱਚ ਵੀ ਹਾਂ ਠੀਕ ਓਕੇ ਤੇ ਜੇ ਮੈਂ ਕਹਾਂ ਵੀ 4 ਵਜੇ ਚੱਲੇ 5 ਵਜੇ ਦਿੱਲੀ ਪਹੁੰਚ ਗਏ ਬੱਸ ਤੇ ਤੇ ਫਿਰ ਮਾਈਂਡ ਇਦਾਂ ਕਰੂਗਾ ਹੀ ਵੀ ਯਾਰ ਇਦਾਂ ਕਿਵੇਂ ਇਹਨੂੰ ਤਰਕ ਕਹਿੰਦੇ ਆ ਤੇ ਜੇ ਗੱਲ ਸਹੀ ਹੈ ਫਿਰ ਤਰਕ ਕਿੱਥੇ ਆ ਜਾਊ ਜੇ ਗੱਲ ਠੀਕ ਠੀਕ ਹੈ ਵੀ ਹਾਂ ਯਾਰ 4-5 ਘੰਟੇ ਦਿੱਲੀ ਦੇ ਲੱਗਦੇ ਪਰ ਜਦੋਂ ਮੈਂ ਕਹਾਂਗਾ ਵੀ ਬੱਸ ਤੇ ਗਏ ਤੇ 1 ਘੰਟੇ 'ਚ ਪਹੁੰਚ ਗਏ ਫਿਰ ਮਾਈਂਡ ਕਰੇਗਾ ਹੀ ਵੀ ਯਾਰ ਇਦਾਂ ਕਿਵੇਂ ਬਸ ਇਹ ਕਰਨਾ ਸਿੱਖ ਲਓ ਸਿੱਖੋ ਜ਼ਿੰਦਗੀ ਬਣ ਜਾਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਕਰਨਾ ਸਿੱਖ ਲਓ ਵੀ ਇਦਾਂ ਕਿਵੇਂ ਬਸ ਇਹ ਇਹ ਨਿਸ਼ਾਨੀ ਹੈ ਕਿ ਮਾਈਂਡ ਡਿਵੈਲਪ ਹੋ ਰਿਹਾ ਮਾਈਂਡ ਨੂੰ ਭੁੱਖ ਲੱਗਦੀ ਹੈ ਤੁਹਾਡਾ ਮਾਈਂਡ ਕੁਐਸਚਨ ਕਰਦਾ ਤਾਂ ਮਤਲਬ ਭੁੱਖ ਲੱਗਦੀ ਹੈ ਉਹ ਸਮਝਣਾ ਚਾਹੁੰਦਾ ਹੈ ਤੇ ਸਾਡੇ ਵਾਲਾ ਤੇ ਔਰ ਜਿਵੇਂ ਹੱਸਦੇ ਹੁੰਦੇ ਆ ਵੀ ਉਹ ਤੇ ਬ੍ਰਾਂਡ ਨਿਊ ਹੀ ਪਿਆ ਕਹਿੰਦੇ ਵਰਤਿਆ ਹੀ ਨਹੀਂ ਇਹ ਤੇ ਬੰਦ ਹੀ ਪਿਆ ਡੱਬਾ ਇਦਾਂ ਹੀ ਇੱਕ ਦਿਨ ਸੜ ਸੁੜ ਜਾਣਾ ਹੈ ਇਹ ਤੇ ਵਰਤਿਆ ਹੀ ਨਹੀਂ ਆਪਾਂ ਸਾਡੇ ਵਾਲਿਆਂ ਨੇ ਵਰਤਣ ਹੀ ਨਹੀਂ ਦਿੱਤਾ ਵੇਖਿਓ ਕਿਤੇ ਜੋ ਕਹਿਤਾ ਸੱਤ ਕਰਕੇ ਮੰਨੋ ਬਸ ਜਿਵੇਂ ਕਹਿਤਾ ਚੁੱਪ ਕਰ ਜੀ ਬੋਲਣਾ ਨਹੀਂ ਤੁਸੀਂ ਨਹੀਂ ਬੋਲਣਾ ਜੋ ਕਹਿਤਾ ਬਸ ਓਕੇ ਇਦਾਂ ਹੀ ਸਮਝਾਇਆ ਸਾਨੂੰ ਅੱਜ ਤੱਕ ਤੂੰ ਨਹੀਂ ਅੱਗੋਂ ਬੋਲਣਾ ਪਰ ਮੇਰੀ ਗੱਲ ਧਿਆਨ 'ਚ ਰੱਖਿਓ ਹਰ ਬੰਦਾ ਆਪਣੇ ਆਪ ਵਿੱਚ ਵੱਖਰਾ ਪੈਦਾ ਕੀਤਾ ਰੱਬ ਨੇ ਜੋ ਤੁਹਾਡਾ ਇੱਕ ਵਾਲ ਹੈ ਨਾ ਤੁਹਾਡੇ ਸਰੀਰ ਤੇ ਇਹੋ ਜਿਹਾ ਵਾਲ ਹੋਰ ਨਹੀਂ ਬਣਾਇਆ ਕੋਈ ਯੂਨੀਕ ਹੈ ਹਰ ਚੀਜ਼ ਆਪਣੇ ਆਪ ਵਿੱਚ ਜਿਹੜਾ ਤੇਰਾ ਰੋਮ ਹੈ ਨਾ ਇੱਕ ਨਿੱਕਾ ਜਿਹਾ ਤੇਰੇ ਬਾਂਹ ਦੇ ਉੱਤੇ ਰੋਮ ਤੇਰੀ ਮੁੱਛ ਦਾ ਵਾਲ ਤੇਰੀ ਦਾੜ੍ਹੀ ਦਾ ਵਾਲ ਇਹਦੇ ਵਰਗਾ ਹੋਰ ਕੋਈ ਨਹੀਂ ਦੁਨੀਆ 'ਚ ਤੇਰੇ ਵਰਗਾ ਤੂੰ ਹੀ ਹੈ ਤੂੰ ਪਰਮਾਤਮਾ ਦਾ ਖਾਸ ਬਣਾਇਆ ਹੋਇਆ ਤੂੰ ਤੈਨੂੰ ਪਤਾ ਹੀ ਨਹੀਂ ਕਿ ਤੂੰ ਹੈ ਕੌਣ ਤਾਂ ਹੀ ਤੇ ਮੈਂ ਕਿਹਾ ਸੀ ਨਾ ਕਿ ਸਭ ਤੋਂ ਸੋਹਣਾ ਮਨੁੱਖ ਆਪ ਹੀ ਹੈ ਇਹ ਕਹੀ ਜਾਂਦਾ ਹੈ ਵੀ ਨਾਗਰਾ ਫਾਲ ਵੇਖਿਆ ਬੜਾ ਸੋਹਣਾ ਮੈਂ ਤਾਜ ਮਹਿਲ ਵੇਖਿਆ ਬੜਾ ਸੋਹਣਾ ਉਹ ਬਿਲਡਿੰਗਾਂ ਵੇਖੀਆਂ ਬੜੀਆਂ ਸੋਹਣੀਆਂ ਪਰ ਗੁਰੂ ਜੀ ਕਹਿੰਦੇ ਸਭ ਤੋਂ ਸੋਹਣਾ ਤੂੰ ਆਪ ਹੈ ਪਰ ਕਮਲਿਆ ਤੂੰ ਕਦੇ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਤੇ ਤੂੰ ਕਦੇ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਵੀ ਤੂੰ ਚੀਜ਼ ਕੀ ਹੈ ਤੇਰੇ 'ਚ ਅੰਸ਼ ਹੈ ਪਰਮਾਤਮਾ ਦੀ ਪਰਮਾਤਮਾ ਦੀ ਅੰਸ਼ ਹੈ ਤੇਰੇ ਵਿੱਚ ਤੂੰ ਬੀਜ ਹੈ ਰੱਬ ਦਾ ਤੂੰ ਬੀਜ ਹੈ ਪਰਮਾਤਮਾ ਤੇਰੇ ਵਿੱਚ ਪੈਦਾ ਹੋਣਾ ਹੈ ਹੁਣ ਮੰਨਿਆ ਜਾ ਸਕਦਾ ਅਗਲਾ ਕਹਿੰਦਾ ਯਾਰ ਕਿੱਥੇ ਰੱਬ ਕਿੱਥੇ ਮੈਂ ਲੱਗਦਾ ਨਹੀਂ ਬੋਰਡ ਦਾ ਛੋਟਾ ਜਿਹਾ ਬੀਜ ਹੁੰਦਾ ਲੈ ਬੋਰਡ ਦਾ ਬੀਜ ਵੇਖੋ ਕਿੱਡਾ ਹੈ ਤੇ ਬੋਰਡ ਦੇ ਬੀਜ ਨੂੰ ਇਦਾਂ ਰੱਖ ਕੇ ਕਹੋ ਇਹਦੇ ਵਿੱਚ ਬੋਰਡ ਦਾ ਦਰਖਤ ਹੈ ਤੇ ਇਦਾਂ ਹੀ ਕਹਾਂਗੇ ਯਾਰ ਕਿੱਥੇ ਬੋਰਡ ਕਿੱਥੇ ਇੱਡਾ ਕੁ ਬੀਜ ਇਹ ਕਿਵੇਂ ਹੋ ਸਕਦਾ ਲੱਗਦਾ ਹੀ ਇਦਾਂ ਹੀ ਨਹੀਂ ਵੀ ਇਦਾਂ ਕਿਵੇਂ ਹੋ ਜੂ ਨਿੱਕਾ ਜਿਹਾ ਬੋਰਡ ਦਾ ਬੀਜ ਕਿੱਥੇ ਇੱਡਾ ਦਰਖਤ ਯਾਰ ਇੱਡਾ ਪਿੱਪਲ ਇੰਨੇ ਕੁ ਬੀਜ 'ਚ ਲੱਗਦਾ ਹੀ ਹੈ ਤੂੰ ਐਂ ਬਸ ਛੋਟਾ ਜਿਹਾ ਵੀ 4-5 ਫੁੱਟ 6 ਫੁੱਟ ਦਾ ਬੰਦਾ ਹੈ ਹੈ ਤੂੰ ਰੱਬ ਦਾ ਬੀਜ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦਾ ਬੀਜ ਹੈ ਤੂੰ ਤੈਨੂੰ ਇਹ ਪਤਾ ਨਹੀਂ ਵੀ ਤੂੰ ਆਪ ਕੌਣ ਹੈ
बस गुरु ग्रंथ साहब सानू आपे दे दी जानकारी दिंदे है तू आपे नाल जुड़ बस तेरा अपना आपा ही परमात्मा है उहदी अंश है तेरे च अपने आप नू खोजे जो ब्रह्मंडे सोई पिंडे जो खोजे सो पावे मन तू जोत स्वरूप है अपना मूल पछाण अपने आप नू पछाण तू कोई छोटी गल नहीं बड़ी बड़ी हस्ती तेरे अंदर है जे तेरा ओदे नाल कनेक्शन बन जे तो फिर दस तू गधे पूजेगा है फिर तू सप पूजेगा फिर तू बंदे पूजदा फिरेगा तू ओदे नाल कनेक्शन बना जेड़ा तेरे अंदर बैठा है इस करके भाई अपने आप नू वेखो उस शक्ति नू पछाणो जेड़ी तुहाडे विच है आपां नहीं पछाण सके कलगियां वालिया ने पछाणी सी उन्होंने अपने आप च डुब के अपने मन में डूब के पाजा सुरागे जिंदगी मेरा अगर नहीं बना तो ना बन अपना तो बन अपने आप वल ते वेख अपने आप विच डुबना सिखो गुरु अपने आप विच डुबना सिखो आपे नू खोजो आपे नू वेखो